ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਸਾਉਣ ਦੇ ਮਹੀਨੇ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਸੀ। ਸੋ ਜਿੱਥੇ ਕਿ ਵਿਆਹੀਆਂ ਹੋਈਆਂ ਕੁੜੀਆਂ ਜਦੋਂ ਪਹਿਲੀ ਵਾਰੀ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਆਉਂਦੀਆਂ ਸੀ ਤਾਂ ਉੱਥੇ ਤੀਆਂ ਮਨਾਈਆਂ ਜਾਂਦੀਆਂ ਸੀ, ਪਿੱਪਲੀ ਅਤੇ ਪੀਂਘਾਂ ਪਾਈਆਂ ਜਾਂਦੀਆਂ ਸੀ। ਸੋ ਇਸ ਵਿਰਾਸਤ ਨੂੰ ਕਾਇਮ ਰੱਖਣ ਦੇ ਲਈ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਇਹ ਤੀਆਂ ਦਾ ਤਿਉਹਾਰ ਬੀਬੀਆਂ ਭੈਣਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਆਏ ਹੈ ਪਿੰਡ ਸਿਆਸਤਪੁਰ ਜੋ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਸੋ ਇੱਥੇ ਵੀ ਅੱਜ ਇੱਕ ਤਿਉਹਾਰ ਮਨਾਇਆ ਗਿਆ ਹੈ। ਇਸ ਤਿਉਹਾਰ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਉਂਦੇ ਹਾਂ ਅਤੇ ਜੋ ਬੀਬੀਆਂ ਭੈਣਾਂ ਇੱਥੇ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਆਓ ਦਿਖਾਉਂਦੇ ਹਾਂ ਤੁਹਾਨੂੰ ਇਹ ਪੂਰੀ ਜਾਣਕਾਰੀ। ਅਤੇ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਸੰਗਤਾਂ ਦਰਸ਼ਨ ਗੁਰੂ ਦੇ ਦਰਸ਼ਨ ਗੁਰ ਮੇਰੇ ਸੰਗਤਾਂ ਆਈਆਂ ਦਰਸ਼ਨ ਗੁਰੂ ਦਰਸ਼ਨ ਗੁਰ ਮੇਰੇ ਸੰਗਤਾਂ ਦਰਸ਼ਨ ਖੋਲ ਮੇਰੇ ਦਾਤਾ ਆਈਆਂ ਦਰਸ਼ਨ ਪਹੁੰਚੇ ਸਾਡੇ ਬਾਈ ਜੀ ਉਹ ਧਮਾਨ ਚੈਨਲ ਤੇ ਅਮਰਜੀਤ ਜੀ ਧਮਾਨ ਸਾਹਿਬ ਪਹੁੰਚਿਆ ਇਹਨਾਂ ਨੂੰ ਜਿਵੇਂ ਆਖਦਾ ਜੀ ਵੈਲਕਮ ਆਉਂਦੇ ਅਮਰਿੰਦਰ ਭੈਣਾਂ ਪਹੁੰਚੀਆਂ ਸਾਡੀਆਂ ਮਕਾਮਾਂ ਪਹੁੰਚੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੀ। ਇਸ ਤੀਆਂ ਦੇ ਮੇਲੇ ਦੀਆਂ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਬਾਦ। ਮੈਂ
ਵੱਜਦੀ ਸੁਣ ਮੁੰਡਿਆਂ ਵੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆਂ ਪਿੱਛੇ ਲਾਉਣ।
ਜਮ ਜਮ ਭਰੀ ਰਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਤੋਂ
ਲੈ ਲੈ ਚਾਦਰਾ ਮੇਰਾ ਜੇ ਤੈਨੂੰ ਧੁੱਪ ਲੱਗਦੀ, ਲੈ
ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਕਰਮਜੀਤ ਕੌਰ ਹੈ ਜੀ। ਸੋ ਇਸ ਪਿੰਡ ਜਿਹੜਾ ਇਹ ਸਿਆਸਤਪੁਰ ਪਿੰਡ ਹੈ, ਅੱਜ ਤੁਸੀਂ ਇੱਥੇ ਤੀਆਂ ਮਨਾਉਣ ਦੇ ਲਈ ਆਏ ਹੋ, ਕਿੱਥੋਂ ਆਏ ਹੈ? ਇਹ ਅਸੀਂ ਆਪਣੇ ਇੱਧਰ ਖੈੜ ਚੰਡੀਗੜ੍ਹ ਇਲਾਕਾ ਜੀ ਖਰੜ ਪੈ ਜਾਂਦਾ, ਉੱਥੇ ਪੇਕੇ ਆਏ ਹਾਂ। ਪੇਕੇ ਆਇਆ ਜੀ, ਸਾਰੀਆਂ ਭੈਣਾਂ ਸਾਡੀਆਂ ਘਰਾਂ, ਇਹ ਸਾਰੀਆਂ ਪੇਕੇ ਘਰ ਆਏ ਆ ਜੀ। ਕਿੱਥੇ ਉਹ ਇਹ ਪਿੰਡ ਨਾਨਕਾ ਜੀ ਕਾਫੀ ਦੇਰ ਬਾਅਦ ਆਏ ਹਾਂ, ਪਿਛਲੀ ਵਾਰ ਵੀ ਲੱਗੀਆਂ ਸੀ ਕਿਸੇ ਕਾਰਨ ਆ ਨਹੀਂ ਸਕੇ, ਪਰ ਇਸ ਵਾਰ ਆਏ ਹਾਂ ਅਤੇ ਅੱਖਾਂ 'ਚ ਰੋਣੀ ਵੀ ਉਹ ਕਹਿੰਦੇ ਖੁਸ਼ੀ ਦੇ ਹੰਝੂ ਨੇ, ਕਿਉਂਕਿ ਆਹ ਗਲੀਆਂ 'ਚ ਅਸੀਂ ਕਦੇ ਮਤਲਬ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਚਪਨ ਖੇਡੇ ਸੀ, ਦੋ ਦੋ ਮਹੀਨੇ ਅਸੀਂ ਹਾਂਜੀ ਧੁੱਪਾਂ ਛਾਵਾਂ ਨਹੀਂ ਦੇਖੀ ਅਤੇ ਇਹ ਗਲੀਆਂ 'ਚ ਖੇਡੀਆਂ, ਅਤੇ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਆ ਕੇ, ਮਤਲਬ ਮਨ ਖੁਸ਼ ਹੋ ਗਿਆ, ਪਿੱਛੇ ਸਾਰਾ ਕੁਝ ਭੁੱਲ ਗਿਆ, ਅਸੀਂ ਮੁੜ ਕੇ ਆਪਣਾ ਉਹ ਬਚਪਨ ਇੰਜੋਏ ਕੀਤਾ। ਇੱਕ ਤਰ੍ਹਾਂ ਨਾਲ ਇਹ ਵਧੀਆ ਜੀ, ਬਹੁਤ ਵਧੀਆ ਹੈ, ਤੀਆਂ ਜਿਹੜੀ ਆਪਾਂ ਸ਼ੁਰੂ ਕੀਤੀਆਂ ਧੀਆਂ ਭੈਣਾਂ ਲਈ ਬਹੁਤ ਵਧੀਆ। ਸੋ ਜਿਹੜਾ ਬਚਪਨ ਦਾ ਮਾਹੌਲ ਸੀ ਅਤੇ ਅੱਜ ਦਾ ਮਾਹੌਲ ਕਿਵੇਂ ਲੱਗ ਰਿਹਾ? ਅੱਜ ਦਾ ਬਹੁਤ ਫਰਕ ਪੈ ਗਿਆ, ਬਹੁਤ ਫਰਕ ਆ ਜੀ। ਜਿਵੇਂ ਅਸੀਂ ਹੁਣ ਦੋ ਦੋ ਮਹੀਨੇ ਉਰੇ ਲਾ ਜਾਂਦੇ ਸੀ ਆਪਣੇ ਨਾਨਕੇ ਘਰ, ਅੱਜ ਦੇ ਬੱਚੇ ਤਾਂ ਜੀ ਫੋਨਾਂ 'ਤੇ ਬਹੁਤ ਬੁਰਾ ਹਾਲ ਹੈ, ਫੋਨਾਂ ਨੇ ਬੱਚਿਆਂ ਨੂੰ ਮਤਲਬ ਬੱਚੇ ਨਾਂ ਹੀ ਨਹੀਂ ਲੈਂਦੇ ਛੁੱਟੀਆਂ 'ਚ, ਕੁਛ ਬੱਚਿਆਂ ਨੂੰ ਮੌਸਮ ਇਹੋ ਜਿਹਾ ਹੋ ਗਿਆ, ਅੱਗੇ ਗਰਮੀ ਘੱਟ ਸੀ ਹੁਣ ਕਿਉਂਕਿ ਆ ਪੇੜ ਪੌਦੇ ਘੱਟ ਗਏ, ਗਰਮੀ ਵੱਧ ਗਈ ਹੈ ਨਾ, ਵਾਤਾਵਰਣ ਵੀ ਫਰਕ ਪੈ ਗਿਆ, ਬਹੁਤ ਪੈ ਗਿਆ। ਇਹ ਮਹੀਨੇ ਜਿਹੜਾ ਆਪਾਂ ਕਹਿੰਦੇ ਸਾਉਣ ਦਾ ਮਹੀਨਾ, ਇਹ ਤਾਂ ਹੀ ਹੁੰਦਾ ਸੀ ਵੀ ਚਲੋ ਗਰਮੀ ਤੋਂ ਛੁਟਕਾਰਾ, ਮੀਂਹ ਪੈਂਦੇ ਸੀ, ਠੰਡੀਆਂ ਹਵਾਵਾਂ ਚੱਲਦੀਆਂ ਸੀ ਅਤੇ ਉਹ ਆਨੰਦ ਅਲੱਗ ਸੀ ਹੈ ਨਾ, ਅਤੇ ਹੁਣ ਦਾ ਸਮੇਂ ਦਾ ਫਰਕ ਪੈ ਗਿਆ ਕਿਉਂਕਿ ਆਪਣੇ ਆਵਾਜਾਈ ਬਹੁਤ ਵੱਧ ਗਈ ਨਾ, ਹਰ ਘਰ ਦੇ ਵਿੱਚ ਗੱਡੀ ਮੋਟਰ ਸਕੂਟਰ ਖੜ੍ਹੇ ਆ, ਹਰੇਕ ਬੰਦਾ ਜਿੰਨੇ ਜੀ ਆ ਉਨੇ ਸਾਧਨ, ਉਹਦੇ ਕਰਕੇ ਬਹੁਤ ਫਰਕ ਪੈ ਗਿਆ। ਹਾਂਜੀ, ਜਿਹੜੀਆਂ ਤੀਆਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਅਸਲ ਦੇ ਵਿੱਚ ਮਨਾਈਆਂ ਜਾਂਦੀਆਂ ਸੀ, ਹੁਣ ਤਾਂ ਇਹ ਇੱਕ ਨਕਲ ਦੇ ਬਰਾਬਰ ਹੈ, ਹੁਣ ਬਾਈ ਫਾਰਮੈਲਿਟੀ ਰਹਿ ਗਈ ਜੀ, ਪਰ ਇਹ ਵੀ ਕਿਤੇ ਨਾ ਕਿਤੇ ਮੈਂ ਕਹਿੰਦੀ ਹਾਂ ਬਹੁਤ ਵਧੀਆ ਵਧੀਆ ਵਧੀਆ, ਜਿਵੇਂ ਹੁਣ ਕਲਚਰ ਵਾਪਸ ਆ ਰਿਹਾ, ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਨਹੀਂ ਹੈਗਾ, ਪਤਾ ਲੱਗਦਾ ਹਾਂਜੀ, ਪਤਾ ਤਾਂ ਲੱਗਦਾ ਹੀ ਹੈ ਜੀ, ਚਲੋ ਬੱਚੇ ਫਿਰ ਵੀ ਸਮਝਦੇ ਨੇ, ਪਰ ਜਿਵੇਂ ਹੁਣ ਸਾਡੇ ਵਰਗੀਆਂ ਇਹ ਕੁੜੀਆਂ ਅਸੀਂ ਘਰਾਂ 'ਚੋਂ ਆਏ ਹਾਂ, ਨਿਕਲ ਨਹੀਂ ਹੁੰਦਾ ਬਹਾਨੇ ਨਾਲ ਆਪਣੇ ਭਾਂਡੇ ਢਿੰਡੇ ਢੱਕ ਕੇ, ਹੁਣ ਵੀ ਵਿਚਾਰੇ ਸਾਰੇ ਭੱਜ ਨੱਠ ਕਰਕੇ ਆਏ, ਪਰ ਜਿਹੜਾ ਉਰੇ ਆ ਕੇ ਆਨੰਦ ਆਇਆ ਨਾ ਉਹ ਸਾਨੂੰ ਪਤਾ ਜਾਂ ਰੱਬ ਜਾਣਦਾ, ਮਤਲਬ ਬਹੁਤ ਵਧੀਆ ਖੁੱਲ੍ਹ ਇੰਜੋਏ ਕੀਤਾ ਸੀ, ਅਤੇ ਪਿੱਛੇ ਇਹ ਵੀ ਨਹੀਂ ਹੈਗਾ ਵੀ ਪਿੱਛੇ ਕੋਈ ਹੈਗਾ ਜਾਂ ਨਹੀਂ, ਬਸ ਇੰਜੋਏ ਆ ਜੀ। ਕਹਿੰਦੇ ਵੀ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਤਾਂ ਆਪਾਂ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਤੀਆਂ ਵਾਂਗੂ ਦਿਨ ਲੰਘੇ, ਤੀਆਂ ਵਾਂਗੂ ਲੈ ਲੈਂਗੇ, ਸਹੀ ਗੱਲ ਆ, ਉਹ ਸਾਨੂੰ ਨਾਨਕਿਆਂ ਦਾ ਪਿੰਡ, ਹਾਂ ਉਹ ਜਿਵੇਂ ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਲੰਘੀਆਂ ਕਹਿੰਦੇ ਤੀਆਂ ਵਰਗੇ ਦਿਨ ਉਹ ਲੰਘਦੇ ਸੀ ਲੰਘਦੇ ਸੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਇੰਦਰਜੀਤ ਕੌਰ ਹੈ ਜੀ। ਸੋ ਤੁਸੀਂ ਵੀ ਅੱਜ ਪੇਕੇ ਆਏ? ਹਾਂਜੀ ਹਾਂਜੀ, ਮੇਰੇ ਵੀ ਪੇਕੇ ਨੇ। ਸੋ ਕਿਵੇਂ ਲੱਗ ਰਿਹਾ ਤੁਹਾਨੂੰ ਫਿਰ? ਬਹੁਤ ਵਧੀਆ ਬਹੁਤ ਵਧੀਆ, ਅਸੀਂ ਇਸੇ ਓਕੇਜਨ 'ਤੇ ਹੀ ਇਕੱਠੇ ਨੇ, ਅਦਰਵਾਈਜ਼ ਟਾਈਮ ਹੁੰਦਾ ਨਹੀਂ ਹੈਗਾ ਆਉਣ ਦਾ, ਵੀ ਜੋਬ ਕਰਕੇ ਪ੍ਰੋਬਲਮ ਹੁੰਦੀ ਆ, ਬਟ ਇੱਕ ਤਾਂ ਐਤਵਾਰ ਸੀ ਅਤੇ ਬਾਕੀ ਸਾਰੀ ਸਿਸਟਰਸ ਨੇ ਅਸੀਂ ਪਲਾਨ ਬਣਾਏ ਸੀ, ਹਫ਼ਤਾ ਪਹਿਲਾਂ ਦਾ ਹੀ ਪ੍ਰੋਗਰਾਮ ਬਣਾ ਰਹੇ ਸੀ ਵੀ ਕਿਵੇਂ ਆਉਣਾ ਕਿਵੇਂ ਜਾਣਾ, ਕਿ ਪੂਰਾ ਅਸੀਂ ਅਰੇਂਜਮੈਂਟ ਕੀਤਾ ਵਾ ਸੀਗਾ, ਬਹੁਤ ਵਧੀਆ ਲੱਗ ਰਿਹਾ। ਤੁਸੀਂ ਹਰ ਸਾਲ ਕਰਦੇ ਹੋ? ਹਾਂਜੀ ਹਾਂਜੀ, ਪਿਛਲੀ ਵਾਰ ਆਏ ਨਹੀਂ ਬਟ 2 ਸਾਲ ਤੋਂ ਸ਼ੁਰੂ ਕੀਤਾ, ਬਹੁਤ ਵਧੀਆ ਉਪਰਾਲਾ ਸਾਡੇ ਪਿੰਡ ਵਾਲੇ ਦਾ, ਸਾਡੇ ਆਂਟੀ ਹੋਣੀ ਜੋ ਹੈਗੇ ਨੇ ਵੱਡੇ ਵਡੇਰੇ ਹੈਗੇ ਨੇ ਲੇਡੀਜ਼ ਨੇ, ਉਹਨਾਂ ਨੇ ਇਹ ਸ਼ੁਰੂ ਕੀਤਾ ਅਤੇ ਸਾਨੂੰ ਇਨਵਾਈਟ ਕਰਦੇ ਨੇ, ਬਹੁਤ ਵਧੀਆ ਲੱਗਦਾ ਅਤੇ ਬੱਚਿਆਂ ਨੂੰ ਕਲਚਰ ਪਤਾ ਲੱਗਦਾ, ਮੇਨ ਤਾਂ ਹੈ ਕਿ ਛੋਟੇ ਬੱਚੇ ਫੋਲੋ ਕਰਦੇ ਨੇ, ਵੱਡੇ ਨੂੰ ਦੇਖ ਕੇ ਫੋਲੋ ਕਰਦੇ ਨੇ, ਉਹ ਸਾਨੂੰ ਦੇਖਦੇ ਨੇ ਵੀ ਕਿਵੇਂ ਦਾ ਡਰੈਸਅਪ ਹੁੰਦਾ ਸੀ, ਇਹ ਚਰਖੇ ਪੀੜੀਆਂ ਇਹ ਹੁਣ ਨਹੀਂ ਆ ਬਟ ਓਕੇਜਨਲੀ ਇਕੱਠੇ ਕਰਨੇ ਪੈਂਦੇ ਨੇ, ਉਹ ਦੇਖ ਕੇ ਬੱਚਿਆਂ ਨੂੰ ਪਤਾ ਲੱਗਦਾ ਇਸ ਚੀਜ਼ ਦਾ, ਹੁਣ ਇਹ ਮਤਲਬ ਕਿ ਦੇਖਣ ਤੋਂ ਬਾਅਦ ਹੀ ਪਤਾ ਲੱਗਦਾ, ਨਹੀਂ ਤਾਂ ਜਾਂ ਫਿਰ ਮਾੜਾ ਮੋਟਾ
ਫਿਲਮਾਂ ਮੀਨਸ ਕਰਾਂਗੇ ਤਾਂ ਹੁਣ ਅਸੀਂ ਸ਼ੁਰੂਆਤ ਕਰ ਰਹੇ ਹਾਂ। ਅਗਰ ਅਸੀਂ ਪਿੱਛੇ ਅਸੀਂ ਵੀ ਉਹੀ ਆਪਣੀ ਜੋਬ 'ਚ ਆਪਣੀ ਜ਼ਿੰਦਗੀ 'ਚ ਬਿਜ਼ੀ ਰਹੇ ਫਿਰ ਉਹ ਨਹੀਂ ਹੋਏਗਾ ਬੱਚਿਆਂ ਨੂੰ ਪਤਾ। ਹੁਣ ਅਸੀਂ ਨਾਲ ਲੈ ਕੇ ਆਉਂਦੇ ਇਹਨਾਂ ਨੂੰ ਕੁਛ ਪਤਾ ਲੱਗਦਾ ਹੈ ਨਾ। ਚਲੋ ਅੱਗੇ ਪਤਾ ਨਹੀਂ ਇਨ ਫਿਊਚਰ ਕਿਆ, ਬਟ ਜਿੰਨਾ ਕੁ ਹੋ ਸਕਦਾ ਅਸੀਂ ਯੋਗਦਾਨ ਪਾਈਏ ਕਿ ਬੱਚੇ ਆਪਣੇ ਕਲਚਰ ਨਾਲ ਜੁੜੇ ਰਹਿਣ। ਪਰ ਇਹਨਾਂ ਦਾ ਬਹੁਤ ਯੋਗਦਾਨ ਆ ਜੀ, ਸਾਰੀਆਂ ਕੁੜੀਆਂ ਜਿੰਨੀਆਂ ਬਹੀਆਂ ਹੋਈਆਂ ਇਹਨਾਂ ਨੇ ਫੋਨ ਕਰ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਆ ਭੈਣ ਦੀ। ਅੱਛਾ ਜੀ। ਇਹਨਾਂ ਨੇ ਰਾਤ ਮੈਨੂੰ ਸਪੈਸ਼ਲ ਮੈਸੇਜ ਭੇਜਿਆ ਵੀ ਉਹਨੂੰ ਕਰਮੀ ਜੀ ਨੂੰ ਚਾਹੇ ਤੁਸੀਂ ਚੱਕ ਕੇ ਹੀ ਲਿਆਓ, ਪਰ ਲਿਆਉਣਾ ਪੈਣਾ। ਮੈਨੂੰ ਬਹੁਤ ਵਧੀਆ ਲੱਗਿਆ। ਕਿੰਨੇ ਜਾਣੇ ਆਏ ਆ, ਕਿੰਨੇ ਕੀ ਸਾਡੀਆਂ 12 13 ਭੈਣਾਂ ਨੇ ਜੀ ਕੁੜੀਆਂ, ਅਸੀਂ ਸਾਰੇ ਤਾਏ ਦੇ ਮਿਲਾ ਕੇ ਸਾਰੇ ਭੂਆਏ ਦੀ ਕੁੜੀਆਂ ਨੇ, ਤਾਏ ਜੀ ਦੀ ਕੁੜੀਆਂ ਨੇ, 4 ਅਸੀਂ ਖੁਦ ਭੈਣਾਂ ਸੀ, ਸਾਰੇ ਆਏ ਨੇ। ਮੇਰੇ ਕੇ 12 13 ਕੁੜੀਆਂ ਹੈਗੀਆਂ ਜਿਹੜੀਆਂ ਅੱਜ ਆਈਆਂ ਨੇ। ਸਾਡੀਆਂ ਬਾਹਰ ਆਈ ਫੋਨ ਕੰਟਰੀ ਜੀ, ਉਹ ਕਰਦੀਆਂ ਜੀ, ਮਿਸ ਕਰਦੀਆਂ ਜੀ ਸਾਨੂੰ ਹੁਣ। ਕਿੱਥੇ ਨੇ ਉਹ? ਉਹ ਫੋਰ ਕੰਟਰੀ ਆ, ਕੈਨੇਡਾ ਜੀ ਜੀ, ਅਮਰੀਕਾ ਹੀ ਕੈਨੇਡਾ ਜੀ। ਉਹ ਫਿਰ ਅੱਜ ਬੜਾ ਉਹਨਾਂ ਦਾ ਮਨ ਬਾਜੀ, ਹਾਂਜੀ ਉਦਾਸ ਹੁੰਦਾ ਜੀ। ਹਾਂਜੀ ਜਦੋਂ ਅਸੀਂ ਵੀਡੀਓ ਭੇਜਾਂਗੇ ਜੀ, ਉਹਨਾਂ ਨੇ ਸਾਨੂੰ ਬਹੁਤ ਮਿਸ ਕਰਿਆ ਜੀ ਅੱਜ। ਹਾਂਜੀ ਅਸੀਂ ਵੀ ਉਹਨਾਂ ਨੂੰ ਬਹੁਤ ਮਿਸ ਕਰਦੇ ਜੀ, ਉਹ ਹੁੰਦੇ ਜੀ ਬਹੁਤ ਵਧੀਆ ਹੋ ਜਾਂਦਾ ਹੋਣਾ ਸੀਗਾ। ਹਾਂਜੀ ਚਲੋ ਇਹ ਤਾਂ ਮਜਬੂਰੀ ਹੈ। ਹਾਂਜੀ ਹਾਂਜੀ, ਫਿਰ ਵੀ ਆਪਣੀ ਮਿੱਟੀ ਆਪਣਾ ਦੇਸ਼। ਹਾਂਜੀ ਹਾਂਜੀ, ਅਸੀਂ ਇਹੀ ਕਹਿੰਦੇ ਹਾਂ ਜੀ, ਅਸੀਂ ਹਰੇਕ ਸਾਲ ਅਸੀਂ ਐਵੇਂ ਹੀ ਆਈਏ, ਮਤਲਬ ਕਿ ਐਵੇਂ ਆਈਏ, ਦੇਰ ਲੱਗਦੀਆਂ ਰਹਿਣ, ਮੇਲੇ ਲੱਗਦੇ ਰਹਿਣ ਜੀ। ਹਾਂਜੀ ਹਾਂਜੀ, ਬਸ ਕਿਵੇਂ ਲੱਗਦਾ ਜੀ? ਤਾਂ ਤੁਸੀਂ ਕਿੱਥੋਂ ਆਏ? ਮੈਂ ਚੰਡੀਗੜ੍ਹ ਤੋਂ ਆਈ। ਚੰਡੀਗੜ੍ਹ ਤੋਂ? ਹਾਂਜੀ। ਚੰਡੀਗੜ੍ਹ ਦੇ ਲੋਕਾਂ ਨੂੰ ਤਾਂ ਬਹੁਤ ਔਖਾ ਹੈ, ਖੈਰ ਤੁਸੀਂ ਤਾਂ ਚਲੋ ਇੱਕ ਪਿੰਡ ਦੇ ਹੋ। ਨਹੀਂ ਉੱਥੇ ਮਨਾਉਂਦੇ ਜ਼ਰੂਰ ਹੈ, ਬਲਕਿ ਜਿੱਦਾਂ ਹੋਟਲ 'ਚ ਰਿਜ਼ੋਰਟ ਵਗੈਰਾ ਪੈਲਸ ਵਗੈਰਾ, ਉਹ ਇੱਕ ਜਸਟ ਫਾਰਮੈਲਿਟੀ, ਇੱਕ ਡੀਜੇ ਲਗਾ ਕੇ ਆਪਣਾ ਇੰਜੋਏ ਕਰਦੇ ਆ। ਕੋਈ ਤੀਆਂ ਵਾਲਾ ਮਾਹੌਲ ਨਹੀਂ ਆ, ਬਸ ਆਪ ਬੋਲੀ ਨਹੀਂ ਪਾਉਣੀ, ਆਪ ਬੋਲੀ ਨਹੀਂ ਪਾਉਣੀ, ਬਸ ਆਪਣਾ ਫੈਸ਼ਨ ਹੈ, ਇੱਕ ਤਰ੍ਹਾਂ ਦਾ ਫੈਸ਼ਨ ਸ਼ੋਅ ਚੱਲਦਾ ਉੱਥੇ। ਹਾਂਜੀ ਹਾਂਜੀ। ਔਰ ਉਹ ਨਹੀਂ ਆਪਣਾ ਪਣ ਨਹੀਂ ਆ, ਆਪਣਾ ਫੋਟੋਗ੍ਰਾਫੀ, ਬਸ ਇੱਕ ਫੋਟੋਗ੍ਰਾਫੀ ਹੈ, ਬਸ ਹਾਂਜੀ ਫੋਟੋਗ੍ਰਾਫੀ ਹੈ ਜੀ, ਬਸ ਹਾਂਜੀ ਗੇਮਾਂ ਖੇਡੀਆਂ, ਹਾਂਜੀ ਫੋਟੋਗ੍ਰਾਫੀ, ਬਸ ਜੀ ਸੈਲਫੀਆਂ ਲੈ ਲਈਆਂ, ਬਸ ਇੰਜੋਏ ਨਹੀਂ ਕਰਨਾ ਜੀ ਉਹ ਆਪਣਾ। ਹਾਂਜੀ ਜੋ ਬੱਚੇ ਨੂੰ ਅੱਗੇ ਮੈਸੇਜ ਪਾਸ ਔਨ ਕਰਨੇ ਜਾਂ ਆਪਣਾ ਜੋ ਕਲਚਰ ਹੈ ਉਹ ਪਾਸ ਔਨ ਕਰਨਾ, ਉਹ ਚੀਜ਼ ਨਹੀਂ ਹੈ ਉੱਥੇ। ਇੱਥੇ ਫਿਰ ਵੀ ਅਸੀਂ ਆਪਣੀ ਬੋਲੀਆਂ ਪਾਈਆਂ, ਖੁਦ ਪਾਈਆਂ, ਚਾਹੇ ਸਾਨੂੰ ਯਾਦ ਹੈ ਨਹੀਂ ਯਾਦ ਹੈ, ਲੇਕਿਨ ਫਿਰ ਵੀ ਔਰ ਰਿਮਾਈਂਡ ਕਰ ਕਰਕੇ ਅਸੀਂ ਪਾਈਆਂ ਬੋਲੀਆਂ। ਕੋਸ਼ਿਸ਼ ਕਰੀ ਹੈ ਕਿ ਅਸੀਂ ਉਹੀ ਸੁਣਦੇ ਹਾਂ ਬੱਚੇ, ਤਾਂ ਉਹੀ ਸਿੱਖਣਗੇ ਅੱਗੇ ਨੂੰ। ਹਾਂਜੀ ਨਾਲੇ ਬੋਲੀ ਤਾਂ ਇਹ ਹੈ ਵੀ ਜਦੋਂ ਕਿਸੇ ਨੇ ਮਾੜੀ ਜੀ ਬੋਲਤੀ ਤਾਂ ਆਪਾਂ ਨੂੰ ਯਾਦ ਤਾਂ ਆ ਜਾਂਦੀ, ਯਾਦ ਆ ਜਾਂਦੀ, ਸੁਣੀਆਂ ਹੋਈਆਂ ਨੇ, ਸੁਣੀਆਂ ਹੋਈਆਂ। ਹਾਂਜੀ ਹਾਂਜੀ, ਉਹ ਬਸ ਕੰਮਾਂ 'ਚ ਉਹ ਦਿਮਾਗ 'ਚ ਕਈ ਵਾਰ ਨਿਕਲ ਜਾਂਦੀਆਂ, ਨਹੀਂ ਯਾਦ ਆਉਂਦੇ ਆ, ਬਟ ਉਰੇ ਆ ਕੇ ਫਿਰ ਵੀ ਸਾਨੂੰ ਫਰੈਸ਼ ਵੇ ਹੋ ਰਿਫਰੈਸ਼ ਹੋ ਜਾਂਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਆਏ? ਜੀ ਖਰੜ ਤੋਂ ਆਏ ਹਾਂ ਜੀ। ਖਰੜ ਤੋਂ? ਹਾਂਜੀ, ਸੈਕਿੰਡ ਟਾਈਮ ਆਏ ਹਾਂ ਤੁਹਾਡੇ ਨਾਲ, ਵੀ ਸੈਕਿੰਡ ਮੁਲਾਕਾਤ ਹੈ ਜੀ। ਹਾਂਜੀ। ਤੇ ਮਤਲਬ ਖੁਸ਼ੀ ਹੋਈ ਹੈ, ਮੈਂ ਮਤਲਬ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਅੱਛਾ ਲੱਗਿਆ, ਬਟ ਜੋ ਪਿਓਰਿਟੀ ਹੁੰਦੀ ਸੀ ਨਾ, ਕਿਉਂਕਿ ਅਸੀਂ ਬਚਪਨ 'ਚ ਵੀ ਤੀਆਂ ਸੈਲੀਬ੍ਰੇਟ ਕੀਤੀਆਂ, ਓਰਿਜਨਲ ਜੋ ਓਰਿਜਨਲ ਹੁੰਦਾ ਸੀ, ਉਹ ਚੀਜ਼ ਦੀ ਕਮੀ ਤਾਂ ਹੈ। ਮਤਲਬ ਜਿਵੇਂ ਹੁਣ ਸਾਨੂੰ ਕਾਲ ਗਈ ਕਿ ਸੈਲੀਬ੍ਰੇਟ ਕਰਨਾ, ਅਤੇ ਕਜ਼ਨਸ ਨੂੰ ਮਿਲਣਾ ਸੀਗਾ, ਉਹ ਚਾਹ ਸੀਗਾ ਕਿ ਇੱਕ ਮੌਕਾ ਮਿਲ ਰਿਹਾ ਚਲੋ ਮਿਲਦੇ ਹਾਂ, ਬਟ ਸਾਰਿਆਂ ਦਾ ਇਹ ਸੀਗਾ ਸੇਮ ਬੋਲੀਆਂ ਯਾਦ ਕਰਕੇ ਆਉਣੀਆਂ ਹੈ, ਡਾਂਸ ਸਟੈਪ ਦੇਖਣੇ। ਮਤਲਬ ਜੋ ਸਾਡੇ ਬਚਪਨ 'ਚ ਅਸੀਂ ਜੋ ਫੀਲ ਕਰਦੇ ਸੀ ਨਾ, ਉਹ ਚੀਜ਼ ਨਹੀਂ ਹੈ, ਉਹ ਅਸੀਂ ਕੁਛ ਮਤਲਬ ਤਿਆਰੀ ਨਹੀਂ ਸੀ ਕਰਦੇ, ਤਿਆਰੀ ਨਹੀਂ ਸੀ ਕਰਨੀ। ਓਰੀਜਨਲ ਜੋ ਹੈ ਮਤਲਬ ਹੈ, ਟੋਬਿਆਂ ਦੇ ਸਾਡੇ ਹੁੰਦੇ ਸੀ ਪਿੱਪਲ ਬਰੋਟੇ, ਅਤੇ ਸਾਡੀ ਸਿੰਪਲ ਇੱਕ ਇੱਦਾਂ ਦਾ ਝੂਲਾ ਹੁੰਦਾ ਸੀਗਾ, ਹੈ ਨਾ, ਅਤੇ ਅਸੀਂ ਪੀਂਘਾਂ ਚੜ੍ਹਾਉਣੀਆਂ ਫੁੱਲ ਇੰਜੋਏ, ਅਤੇ ਜਿੰਨੇ ਵੀ ਸਾਡੀਆਂ ਮਤਲਬ ਵੱਡੀਆਂ ਕਜ਼ਨਸ ਹੁੰਦੇ ਸੀਗੀਆਂ, ਕੁਛ ਡੈਕੋ ਮਤਲਬ ਅੰਦਰੋਂ ਸੀਗਾ ਜੋ ਸੀਗਾ, ਉਹ ਚੀਜ਼ ਦੀ ਕਮੀ ਜ਼ਰੂਰ ਹੈ, ਕਿਉਂਕਿ ਇਹ ਚੀਜ਼ਾਂ ਨਾ ਅਸੀਂ ਨੋਰਮਲੀ ਵੀ ਇੱਦਾਂ ਕਰਦੇ ਰਹਿੰਦੇ, ਆਮ ਫੰਕਸ਼ਨ ਇੱਦਾਂ ਦੇ, ਤੁਹਾਨੂੰ ਪਤਾ ਕੋਈ ਬਰਥਡੇ ਪਾਰਟੀ ਕੋਈ ਕੁਛ, ਸੇਮ ਹੀ ਲੱਗ ਰਿਹਾ ਹੈ ਮਤਲਬ। ਹਾਂਜੀ, ਜਿਵੇਂ ਤੀਜ ਦਾ ਤਿਉਹਾਰ ਆਮ ਹੋ ਗਏ ਜੀ, ਕੋਈ ਫੰਕਸ਼ਨ ਹੁੰਦਾ, ਕੋਈ ਬਰਥਡੇ ਹੁੰਦਾ, ਕੋਈ ਮੈਰਿਜ ਹੁੰਦਾ, ਹਾਂਜੀ ਹਾਂਜੀ, ਇਸ ਤਰ੍ਹਾਂ ਦਾ ਹੀ ਮਾਹੌਲ। ਹਾਂਜੀ ਹਾਂ, ਮਤਲਬ ਇਹ ਹੁਣ ਇਹ ਚੀਜ਼ ਫੀਲ ਹੁੰਦੀ ਵੀ ਕੋਈ ਵੀ ਫੰਕਸ਼ਨ ਹੋਵੇ, ਮੈਰਿਜ ਫੰਕਸ਼ਨ ਹੋਵੇ ਜਾਂ ਕੁਛ ਵੀ, ਮਤਲਬ ਸੈਲੀਬ੍ਰੇਸ਼ਨ ਸੇਮ।
ਉਹ ਚੀਜ਼ ਹੈ ਵੀ ਜਿੱਦਾਂ ਅੱਗੇ ਹੁੰਦਾ ਸੀ ਨਾ ਵੀ ਤੀਜ ਦਾ ਸੈਲੀਬ੍ਰੇਸ਼ਨ ਅਲੱਗ, ਦੀਵਾਲੀ ਦਾ ਅਲੱਗ, ਲੋਹੜੀ ਦਾ ਅਲੱਗ, ਉਹ ਚੀਜ਼ ਨਹੀਂ ਹੈ। ਸੇਮ ਸੇਮ ਡੀਜੇ, ਸੇਮ ਸੌਂਗ, ਸੇਮ ਸਾਰਾ ਕੁਛ। ਮਤਲਬ ਹੁਣ ਤੁਸੀਂ, ਅਸੀਂ ਵੀ ਵਿੱਚ ਹੀ ਆ ਗਏ, ਸਾਨੂੰ ਤੀਜ ਦੀ ਕੋਈ ਬੋਲੀ ਜੋ ਅਸਲੀ ਸੁਹਾਵਣ ਦੀਆਂ ਬੋਲੀਆਂ ਉਹ ਮੇਰੇ ਖਿਆਲ 'ਚ ਅੱਜ ਨਹੀਂ ਪਈ, ਹੈ ਨਾ। ਉਹ ਜ਼ਰੂਰੀ ਹੈ, ਉਹ ਚੀਜ਼ਾਂ ਦੀ ਕਮੀ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ। ਹੁਣ ਦੇਖੋ ਮੈਂ ਲਾਸਟ ਟਾਈਮ ਆਈ ਸੀ ਨਾ, ਤਾਂ ਮੇਰਾ ਮਨ ਸੀਗਾ ਕਿ ਅਸੀਂ ਆਪਣੇ ਘਰੇ ਖਰੜ ਏਰੀਏ 'ਚ, ਸਾਡੇ ਉੱਥੇ ਕੋਈ ਪੇੜ ਹੀ ਨਹੀਂ ਹੈ ਝੂਲੇ ਲਈ, ਸਾਡਾ ਮਿਸ ਹੋ ਰਿਹਾ ਤੀਜ ਦਾ ਕਿਉਂਕਿ ਸਾਨੂੰ ਪੇੜ ਨਹੀਂ ਮਿਲ ਰਿਹਾ। ਤੇ ਸਾਡੀ ਜਿੱਥੇ ਰਹਾਇਸ਼ ਹੈ ਤੇ ਉੱਥੇ ਨਾ ਬਿਲਡਿੰਗਾਂ, ਇਹ ਚੀਜ਼ਾਂ ਹੈ, ਮਨ ਹੈ ਅੰਦਰੋਂ ਵੀ ਸੈਲੀਬ੍ਰੇਟ ਕਰਨਾ, ਬਟ ਸਾਨੂੰ ਇਹੀ ਸਭ ਤੋਂ ਵੱਡੀ ਮਤਲਬ ਕਮੀ ਲੱਗ ਰਹੀ ਹੈ ਕਿ ਸਾਡੇ ਝੂਲੇ ਰਹੀ ਪੇੜ ਨਹੀਂ ਹੈਗਾ। ਹਾਂਜੀ, ਮਤਲਬ ਚਲੋ ਠੀਕ ਹੈ, ਕੁਛ ਯਾਦਾਂ ਪੁਰਾਣੀਆਂ ਆ ਰਹੀਆਂ ਤੇ ਅਸੀਂ ਵਿੱਚ ਕਰ ਰਹੇ ਹਾਂ ਵੀ ਜਿੰਨਾ ਸਾਡਾ ਯੋਗਦਾਨ ਪੈ ਰਿਹਾ ਪਾ ਰਹੇ ਹਾਂ। ਹਾਂ ਬਿਲਕੁਲ, ਜੋ ਪੇੜ ਦੀ ਗੱਲ ਹੈ, ਅੱਜ ਕੱਲ੍ਹ ਪੇੜ ਕੱਟੇ ਜਾ ਰਹੇ ਹੈ ਸੀਗਾ ਕਿ ਡੈਕੋਰੇਸ਼ਨ ਹੈ ਤੇ ਪ੍ਰੋਗਰਾਮ ਇੱਥੇ ਕਰਨਾ, ਮੈਂ ਕਿਹਾ ਨਹੀਂ, ਇਹ ਚੀਜ਼ਾਂ ਕਾਮਨ ਹੈ, ਤੁਸੀਂ ਪੇੜ ਕੋਲ ਕਰੋ। ਮੈਂ ਬਾਰ ਬਾਰ ਉੱਥੇ ਜਾ ਕੇ ਖੜ ਰਹੀ ਸੀਗੀ ਕਿ ਇਹ ਚੀਜ਼ ਨਹੀਂ ਲੋਕਾਂ ਨੂੰ ਦਿਖਣੀ, ਇਹ ਕਾਮਨ ਹੈ, ਹੈ ਨਾ। ਚਲੋ ਕੋਈ ਗੱਲ ਨਹੀਂ, ਤੁਸੀਂ ਮਿਹਨਤ ਕੀਤੀ ਹੈ ਵੀ ਇੱਥੇ ਥੋੜ੍ਹਾ ਕਰੋ, ਬਟ ਮੈਨੂੰ ਸੀਗਾ ਕਿ ਜੋ ਚੀਜ਼ਾਂ ਅਸੀਂ ਇੱਥੇ ਫੀਲ ਕਰੇ ਇਹ ਚੀਜ਼ 'ਚ ਉਹ ਮਜ਼ਾ ਨਹੀਂ ਆ ਜੋ ਉੱਥੇ ਆ ਖੁੱਲ੍ਹੇ ਵਿੱਚ। ਭਾਜੀ ਜੋ ਪਿੱਪਲ ਹੈ ਨਾ, ਬਚਪਨ ਦਾ ਪਿੱਪਲ ਹੈ ਸਾਡਾ, ਬਚਪਨ ਤੋਂ ਝੂਲਦੇ ਆ ਰਹੇ ਆ ਉੱਥੇ, ਹੁਣ ਜਦੋਂ ਮੈਂ ਆਪਣੇ ਪੇਕੇ ਪਿੰਡ ਗਈ ਰੋਪੜ ਸਾਈਡ, ਤੇ ਮੈਂ ਉਹੀ ਦੇਖਣ ਗਈ ਕਿ ਉੱਥੇ ਸੈਲੀਬ੍ਰੇਟ ਕਰੀਏ, ਤੇ ਉੱਥੇ ਉਹ ਮਤਲਬ ਜੋ ਪੇੜ ਸੀਗਾ ਉਹ ਹੈ ਹੀ ਨਹੀਂ ਹੈ, ਗਾਇਬ ਹੀ ਹੈ। ਮਤਲਬ ਇਹ ਚੀਜ਼ਾਂ ਪਿੰਡਾਂ 'ਚ ਵੀ ਖਤਮ ਹੋ ਗਈਆਂ, ਸ਼ਹਿਰਾਂ ਤੋਂ ਚਲੋ ਹੈ ਹੀ ਹੈ, ਪਰ ਪਿੰਡਾਂ 'ਚ ਇਹ ਚੀਜ਼ ਖਤਮ ਹੋ ਰਹੀ ਹੈ। ਹਾਂਜੀ, ਚਲੋ ਫਿਰ ਵੀ ਕਾਫੀ ਹੱਦ ਤੱਕ ਸਕੂਨ ਮਿਲਿਆ, ਬਹੁਤ ਵਧੀਆ। ਅੱਜ ਕੱਲ੍ਹ ਕਾਫੀ ਚੱਲ ਰਿਹਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ, ਇੰਨਾ ਕੁ ਤਾਂ ਚਲੋ ਬੱਚਿਆਂ ਨੂੰ ਪਤਾ ਲੱਗਿਆ ਕਿ ਤੀਆਂ ਵੀ ਕੋਈ ਚੀਜ਼ ਹੈਗੀ। ਹਾਂਜੀ, ਬਸ ਇਹ ਚੀਜ਼ ਹੈ, ਥੋੜਾ ਹੀ ਸਹੀ ਪਰ ਗਿਆ ਹੈ ਮੈਸੇਜ ਗਿਆ। ਹਾਂਜੀ, ਇੰਨਾ ਕੁ ਪਤਾ ਲੱਗ ਗਿਆ ਕਿ ਤੀਆਂ ਦਾ ਤਿਉਹਾਰ ਹੈ ਜਿਹੜਾ, ਤੀਆਂ ਦਾ। ਹਾਂਜੀ ਹਾਂਜੀ, ਤੀਆਂ ਦਾ ਤਿਉਹਾਰ ਹੈ ਤੇ। ਹਾਂਜੀ, ਓਕੇ ਜੀ, ਬਹੁਤ ਬਹੁਤ ਤੁਹਾਨੂੰ ਬਹੁਤ ਚੌ ਚੜੇ ਜੀ। ਹਾਂਜੀ, ਬਹੁਤ ਬੱਚਿਆਂ ਨੂੰ ਬਹੁਤ ਚੌ ਚੜੇ ਜੀ, ਅਸੀਂ ਤੀਆਂ ਦੇਖਣ ਜਾਣਾ ਹੈ ਜੀ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਥੈਂਕ ਯੂ ਵੀਰੇ, ਤੁਸੀਂ ਟਾਈਮ ਕੱਢ ਕੇ ਆਏ ਹੋਰ ਕਿ ਇੰਨੀ ਗਰਮੀ ਦੇ ਵਿੱਚ ਮੌਸਮ ਵੀ। ਹਾਂ।
ਮੈਨੂੰ ਲੱਡੂ ਖਾਣਾ। ਤਾਰੂ ਕਹਿੰਦੀ ਲੱਡੂ ਲੱਡੂ ਵੀ ਕੋਈ ਖਾਣੇ ਵਾਲੀ ਚੀਜ਼ ਹੈ, ਤੂੰ ਬਰਫੀ ਖਾ, ਜਲੇਬੀ ਖਾ, ਰਸਗੁੱਲਾ ਖਾ। ਕੁੜੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣਾ। ਭਾਈ ਨੇ ਉਦਣ ਦੇਖੇ, ਤਾਰੂ ਨੇ ਲੱਡੂ ਚੱਕ ਕੇ ਆਪਣੀ ਕੁੜੀ ਨੂੰ ਦੇ ਦਿੱਤਾ। ਭਾਈ ਵੀ ਬੜਾ ਖਚਰਾ ਸੀ, ਦੇਖ ਲਿਆ ਨਾਲੇ ਮਾਰੀ ਅੱਖ, ਕਹਿੰਦਾ ਇੱਥੇ ਲੱਡੂ ਚੱਕ। ਮੱਟੀ ਹੁੰਦੀ ਜਾਂਦੀ ਨੀ ਕਿਤੇ ਪੀਂਦੇ ਤੇ ਮੱਟੀ।
ਫਿਰ ਤੂੰ ਮੇਰੇ ਨਾਲ ਚੱਲੇਗੀ? ਹਾਂਜੀ, ਕੀ ਨਾਮ ਹੈ ਜੀ ਆਪਣਾ? ਹਰਸ਼ੀਤ ਕੌਰ ਜੀ। ਸੋ ਅੱਜ ਤੀਆਂ ਮਨਾਈਆਂ ਗਈਆਂ, ਤੁਹਾਨੂੰ ਇਹ ਪਤਾ ਹੋਣਾ ਕਿ ਤੀਆਂ ਮਨਾਈਆਂ ਕਿਉਂ ਜਾਂਦੀਆਂ? ਹਾਂਜੀ ਹਾਂਜੀ, ਮੈਨੂੰ ਬਿਲਕੁਲ ਪਤਾ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਜਿੱਦਾਂ ਕੁੜੀਆਂ ਦਾ ਜਦੋਂ ਵਿਆਹ ਹੋ ਜਾਂਦਾ ਸੀਗਾ, ਉਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਤੀਆਂ ਮਨਾਉਣ ਜਾਂਦੀਆਂ ਸੀਗੀਆਂ। ਜਿਹੜੇ ਸਭ ਤੋਂ ਪਹਿਲਾਂ ਸੀ ਸੰਘਾ, ਜਿਹੜਾ ਪੇਕਿਆਂ ਦੇ ਘਰ ਆਉਂਦਾ ਸੀਗਾ ਸਹੁਰਿਆਂ ਵੱਲੋਂ, ਅਤੇ ਇਸ ਕਰਕੇ ਉੱਥੇ ਸਾਰੇ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਉਂਦੇ ਸੀਗੇ। ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ, ਜਿਹੜੀਆਂ ਆਪਣੇ ਧੀਆਂ ਹੁੰਦੀਆਂ, ਧੀਆਂ ਧਿਆਣੀਆਂ ਹੁੰਦੀਆਂ, ਉਹਨਾਂ ਦਾ ਮਾਣ ਕੀਤਾ ਜਾਂਦਾ ਤੇ ਸੰਧਾਰਾ ਦੇ ਕੇ ਉਹ ਮਾਣ ਕੀਤਾ ਜਾਂਦਾ ਸਾਰਿਆਂ ਦਾ। ਸੋ ਅੱਜ ਕੱਲ ਜਿਹੜੇ ਇਹ ਮਤਲਬ ਕਿ ਆਪਣੀ ਜਨਰੇਸ਼ਨ ਹੈ ਉਹ ਭੁੱਲ ਚੁੱਕੀ ਹੈ। ਸੋ ਜਿਵੇਂ ਚਰਖੇ, ਮਧਾਣੀਆਂ, ਪੁਰਾਣੀਆਂ ਚੱਕੀਆਂ ਜਿਨ੍ਹਾਂ ਨਾਲ ਆਟਾ ਪੀਂਦੇ ਹੁੰਦੇ ਸੀ ਹੱਥਾਂ ਦੇ ਨਾਲ, ਉਹ ਸਾਰੇ ਅਲੋਪ ਹੁੰਦੇ ਜਾ ਰਹੇ। ਹਾਂਜੀ, ਕਿਉਂਕਿ ਬੱਚਿਆਂ ਦਾ ਅੱਜ ਕੱਲ੍ਹ ਧਿਆਨ ਹੈਗਾ ਮੋਸਟਲੀ ਕਿ ਫੋਨਾਂ ਦੇ ਵਿੱਚ ਹੈ, ਉਹਨਾਂ ਨੂੰ ਆਪਣੇ ਪੰਜਾਬੀ ਕਲਚਰ ਵਾਲੇ ਬਿਲਕੁਲ ਵੀ ਪਤਾ ਨਹੀਂ ਹੈਗਾ। ਇਸ ਕਰਕੇ ਸਾਨੂੰ ਆਪ ਹੀ ਉਪਰਾਲਾ ਕਰਨਾ ਚਾਹੀਦਾ। ਜਿੱਦਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ, ਤਾਂ ਉੱਥੇ ਜਿੱਦਾਂ ਕਲਚਰ ਸ਼ੋ ਕਰਦੇ ਹਾਂ, ਅਤੇ ਉਹਦੇ ਕਲਚਰ ਬਾਰੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ, ਜਿਹਨੂੰ ਦੇਖ ਕੇ ਬੱਚੇ ਵੀ ਅਟਰੈਕਟਿਵ ਹੋਣਗੇ ਅਤੇ ਬੱਚੇ ਵੀ ਪੁੱਛਣਗੇ ਕਿ ਇਹ ਚੀਜ਼ ਕੀ ਹੁੰਦੀ ਹੈ, ਅਤੇ ਉਹਦੇ ਨਾਲ ਕਿ ਬੱਚਿਆਂ ਨੂੰ ਵੀ ਫਿਰ ਪਤਾ ਲੱਗੂ। ਹਾਂਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਹਰਦੀਪ ਕੌਰ ਹੈ। ਤੁਸੀਂ ਕਿੱਥੋਂ ਆਏ? ਇਹ ਅਨੰਦਪੁਰ ਸਾਹਿਬ ਮੇਰੇ ਸਹੁਰੇ ਨੇ ਅਤੇ ਇੱਥੇ ਮੇਰੇ ਪੇਕੇ ਨੇ। ਅੱਛਾ ਜੀ, ਅੱਜ ਪੇਕੇ ਤੀਆਂ ਮਨਾਉਣ ਆਏ? ਹਾਂਜੀ। ਸੋ ਇਹ ਜਿਹੜੀਆਂ ਤੀਆਂ ਦਾ ਤੁਹਾਨੂੰ ਕਦੇ ਤੁਸੀਂ ਮਤਲਬ ਕਿ ਚਰਖੇ ਕੱਤਦੇ ਦੇਖੇ ਹੋਣੇ ਆ? ਉਸ ਟਾਈਮ ਹਾਂਜੀ, ਪਹਿਲੇ ਮਤਲਬ ਕੱਤਦੇ ਹੁੰਦੇ ਸੀ, ਮੰਮੀ ਇਹਨਾਂ ਦਾ ਦੇਖਿਆ ਹੈ ਅਤੇ ਅਸੀਂ ਚਰਖਾ ਸੰਭਾਲ ਕੇ ਵੀ ਰੱਖਿਆ ਹੋਇਆ, ਕਿਉਂਕਿ ਮੈਨੂੰ ਪੰਜਾਬੀ ਵਿਰਸੇ ਨਾਲ ਬਹੁਤ ਪਿਆਰ ਹੈ। ਓਕੇ, ਜੇ ਮਧਾਣੀਆਂ ਨੇ ਉਹ ਵੀ ਦੇਖੀਆਂ ਨੇ, ਦਰੀਆਂ ਬੁਣਦੇ ਉਹ? ਹਾਂਜੀ ਹਾਂਜੀ, ਜ਼ਰੂਰ ਦੇਖੀਆਂ, ਅਤੇ ਹੁਣ ਅੱਜ ਇੱਥੇ ਅਸੀਂ ਬੱਚਿਆਂ ਨੂੰ ਦਿਖਾਉਣ ਲਿਆਏ ਆ। ਇਹ ਸਾਡੀ ਬੇਟੀ, ਇਹ ਕੈਨੇਡਾ ਤੋਂ ਆਈ ਹੈ। ਹਾਂਜੀ, ਅਤੇ
ਇਹਨਾਂ ਦਾ ਨਾਮ ਬੁਨੀਤ ਕੌਰ ਬੁਨੀਤ ਕੌਰ ਬੁਨੀਤ ਕੌਰ ਹਾਂਜੀ ਹਾਂਜੀ ਇਹ ਦੇਖਣਾ ਚਾਹੁੰਦੇ ਸੀ ਮਤਲਬ ਕਿਵੇਂ ਮਨਾਉਂਦੇ ਕਿਉਂਕਿ ਸ਼ਹਿਰ 'ਚ ਰਹਿੰਦੇ ਬੱਚੇ ਨਹੀਂ ਪਤਾ ਚੱਲਦਾ ਹੈ ਨਾ ਅਤੇ ਕਿਉਂਕਿ ਸ਼ਹਿਰਾਂ 'ਚ ਹੁਣ ਤੀਆਂ ਮਨਾਉਂਦੇ ਨੇ ਲੇਕਿਨ ਉਹ ਮਤਲਬ ਬੁੱਕ ਕਰ ਲੈਂਦੇ ਨੇ ਹੋਟਲ ਬੁੱਕ ਕਰ ਲੈਂਦੇ ਨੇ ਵੀ ਏ ਸੀ ਰੂਮ ਹੋਣਾ ਚਾਹੀਦਾ ਉਹ ਤਾਂ ਆਪਾਂ ਵਿਆਹ ਸ਼ਾਦੀ 'ਚ ਵੀ ਦੇਖਦੇ ਹੀ ਹਾਂ ਹਾਂਜੀ ਹਾਂ ਲੇਕਿਨ ਇਹ ਅਲੱਗ ਜਿਵੇਂ ਪਹਿਲਾਂ ਆਪਣਾ ਪਹਿਲਾ ਕਲਚਰ ਹੁੰਦਾ ਸੀ ਮਤਲਬ ਇਹ ਦਿਖਾਉਣਾ ਚਾਹੁੰਦੇ ਸੀ ਸਾਰੇ ਬੱਚਿਆਂ ਦਾ ਮਤਲਬ ਮਨ ਸੀਗਾ ਕਿ ਅਸੀਂ ਪੀਂਘਾਂ 'ਚ ਉੱਟਣੀਆਂ ਹੈ ਅਤੇ ਮਤਲਬ ਪੰਜਾਬੀ ਸਾਨੂੰ ਵਿਰਸਾ ਵਧੀਆ ਲੱਗਦਾ ਹੈ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਮਤਲਬ ਕਿ ਇਹ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਮੇਰਾ ਪਹਿਲੀ ਧੀਆਂ ਨੇ ਇੱਥੇ ਪਿੰਡ ਦੇ ਵਿੱਚ ਅਤੇ ਪੀਂਘਾਂ ਪੂੰਘਾਂ ਝੂਟ ਕੇ ਬਹੁਤ ਵਧੀਆ ਲੱਗਿਆ ਕਦੇ ਪਹਿਲਾਂ ਦੇਖੀਆਂ ਤੁਸੀਂ ਧੀਆਂ ਹਾਂਜੀ ਮੈਂ ਦੇਖੀਆਂ ਨੇ ਮੰਮਾ ਹੋਣਾ ਦੇ ਪਾਸੇ ਜਦੋਂ ਜਾਂਦੇ ਹਾਂ ਉਦੋਂ ਦੇਖੀਆਂ ਜ਼ਰੂਰ ਸੀਗੀਆਂ ਪਤਾ ਵੀ ਸੀਗਾ ਸਕੂਲ 'ਚ ਫੰਕਸ਼ਨ ਵਗੈਰਾ ਕਈ ਵਾਰ ਹੁੰਦੇ ਸੀਗੇ ਤੀਆਂ ਦੇ ਪਰ ਇਹ ਮਾਹੌਲ ਕਦੀ ਨਹੀਂ ਉਹ ਆਇਆ ਉਹ ਤਾਂ ਇੱਕ ਰੈਡੀਮੇਡ ਫੰਕਸ਼ਨ ਹਾਂਜੀ ਆਹ ਮਾਹੌਲ ਕਦੀ ਵੀ ਨਹੀਂ ਸੀ ਦੇਖਿਆ ਹਾਂਜੀ ਜੋ ਪਿੰਡ ਦਾ ਮਾਹੌਲ ਜੀ ਸੋ ਬਹੁਤ ਵਧੀਆ ਲੱਗਿਆ ਤੁਹਾਨੂੰ ਬਹੁਤ ਬਹੁਤ ਵਧੀਆ ਸੀਗਾ ਜੀ ਹਾਂਜੀ ਸੋ ਮੁਬਾਰਕਾਂ ਇਹ ਓਰੀਜਨਲ ਪਿੰਗਾ ਨੇ ਹਾਂਜੀ ਉਹ ਦੂਸਰੇ ਤਾਂ ਆਪਾਂ ਮਤਲਬ ਜਿਹੜੇ ਹੁਣ ਆਰਟੀਫੀਸ਼ੀਅਲ ਤਾਂ ਰੈਡੀਮੇਡ ਤਾਂ ਉਹ ਤਾਂ ਬਹੁਤ ਪਾਸੇ ਨੇ ਹਾਂਜੀ ਹਾਂ ਮੇਲਿਆਂ ਦੇ ਵਿੱਚ ਵੀ ਹੁੰਦੇ ਪਿੱਪਲ ਦੇ ਨੀਚੇ ਪਿੰਗਾ ਮਤਲਬ ਇਹੀ ਦੇਖਣ ਸਪੈਸ਼ਲ ਬੱਚੇ ਆਏ ਨੇ ਇੰਨੀ ਦੂਰੋਂ ਇਹ ਪਟਿਆਲੇ ਤੋਂ ਆਈ ਆ ਸਿਸਟਰ ਅੱਛਾ ਜੀ ਇਹ ਦਿੱਲੀ ਤੋਂ ਨੇ ਇਹਨਾਂ ਦਾ ਵੀ ਮਨ ਸੀ ਕਿ ਮੈਂ ਮਤਲਬ ਆਹ ਦੇਖਣੀਆਂ ਨੇ ਮਤਲਬ ਪਿੱਪਲ ਨੇ ਦਿੱਲੀ ਦੇ ਵਿੱਚ ਤਾਂ ਮੇਰਾ ਖਿਆਲ ਹੈ ਵੀ ਸ਼ਾਇਦ ਹੀ ਹੁੰਦਾ ਹੋਵੇ ਨਹੀਂ ਦਿੱਲੀ ਤਾਂ ਕਦੇ ਨਹੀਂ ਅਸੀਂ ਦੇਖਿਆ ਹੈਗਾ ਨਹੀਂ ਦੇਖਿਆ ਨਹੀਂ ਹਾਂਜੀ ਇਸ ਤਰ੍ਹਾਂ ਚਲੋ ਚੰਡੀਗੜ੍ਹ ਦੇ ਵਿੱਚ ਤਾਂ ਮਨਾ ਲੈਂਦੇ ਨੇ ਕਿਉਂਕਿ ਪੰਜਾਬੀ ਬੰਦੇ ਇੱਥੇ ਹੁੰਦੇ ਨਹੀਂ ਦਿੱਲੀ ਤਾਂ ਕਦੇ ਨਹੀਂ ਅਸੀਂ ਇੱਦਾਂ ਦੇਖਿਆ ਹੈਗਾ ਮੇਰਾ ਵੀ ਫਸਟ ਟਾਈਮ ਹੀ ਹੈ ਸਭ ਅੱਛਾ ਜੀ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਮੇਰੇ ਬੱਚੇ ਵੀ ਆਏ ਨੇ ਬਹੁਤ ਵਧੀਆ ਲੱਗਿਆ ਹਾਂ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀਆਂ ਤੁਹਾਨੂੰ ਮੇਰਾ ਨਾਮ ਪਰਮਜੀਤ ਕੌਰ ਮੈਨੂੰ ਤੀਆਂ ਬਹੁਤ ਵਧੀਆ ਲੱਗੀਆਂ ਇਹ ਵਿਰਸਾ ਸਗੋਂ ਹੋਣਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਇਹੋ ਜਿਹਾ ਕਲਚਰ ਹੋਣਾ ਚਾਹੀਦਾ ਜਿਹਦੇ ਨਾਲ ਬੱਚੇ ਜਾਗਰੂਕ ਹੋਣ ਅੱਗੇ ਲੱਗੇ ਬੱਚਿਆਂ ਨੂੰ ਪਤਾ ਚੱਲੇ ਵੀ ਕਿਹੜੀ ਸਾਡੀ ਕਿਹੜਾ ਸਾਡਾ ਵਿਰਸਾ ਹੈ ਉਹਦੇ ਬਾਰੇ ਪਹਿਚਾਣ ਹੋਵੇ ਜਿਸ ਤਰ੍ਹਾਂ ਚਰਖਾ ਹੈ ਪੀੜ੍ਹੀਆਂ ਹੈ ਹਾਂਜੀ ਅਤੇ ਪੱਖੀਆਂ ਲਾਈਆਂ ਹੋਈਆਂ ਕਢਾਈ ਕਰਦੀਆਂ ਸੀ ਬੀਬੀਆਂ ਬਹੁਤ ਸੋਹਣੀਆਂ ਕੇਸਮਿੰਟ 'ਤੇ ਕਢਾਈ ਕਰਨੀ ਕਿਸੇ 'ਤੇ ਕਢਾਉਣੀ ਹਾਂਜੀ ਇਸ ਤਰ੍ਹਾਂ ਕਰਨੀਆਂ ਚਾਦਰਾਂ ਬੁਣਨੀਆਂ ਹਾਂਜੀ ਹਾਂਜੀ ਅਸੀਂ ਸਾਰਾ ਦੇਖਿਆ ਸੀ ਖੁਦ ਆਪ ਕਰਿਆ ਸੀ ਸਾਰਾ ਕੰਮ ਬਿਲਕੁਲ ਹੱਥੀ ਕਰਿਆ ਹਾਂਜੀ ਦਰੀਆਂ ਵੀ ਬੁਣੀਆਂ ਅਸੀਂ ਚਾਦਰਾਂ ਵੀ ਬੁਣੀਆਂ ਅਸੀਂ ਪੱਖੇ ਬਣਾਈ ਨਾਲੇ ਬੁਣੇ ਹਾਂਜੀ ਹਾਂਜੀ ਮੰਜਿਆਂ ਲਈ ਨਵਾਰ ਵੀ ਜੀ ਅਸੀਂ ਆਪਣੇ ਹੱਥਾਂ ਨਾਲ ਬੁਣੀਆਂ ਹਾਂਜੀ ਹਾਂਜੀ ਵੀ ਇਸ ਤਰ੍ਹਾਂ ਦਾ ਇਹ ਕਲਚਰ ਬੱਚਿਆਂ ਨੂੰ ਹੁਣ ਵੈਸੇ ਭੁੱਲਦੇ ਹੀ ਜਾਂਦੇ ਬੱਚਿਆਂ ਨੂੰ ਪਤਾ ਨਹੀਂ ਪਰ ਜਦੋਂ ਇਹ ਜਿਹਾ ਕਲਚਰ ਕਰਦੇ ਨਾ ਅਸੀਂ ਫਿਰ ਇਹਦੇ ਵਿੱਚ ਸਾਡੇ ਵਿਰਸੇ ਨੂੰ ਬੱਚੇ ਸਮਝਦੇ ਬੱਚਿਆਂ ਨੂੰ ਪਤਾ ਲੱਗਦਾ ਜਾਂ ਹੋਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਸਾਡੀਆਂ ਬੀਬੀਆਂ ਦਾ ਭੈਣਾਂ ਦਾ ਬਹੁਤ ਅੱਛਾ ਗੱਲ ਹੈ ਮੈਂ ਤਾਂ ਕਹਿੰਦੀ ਪਿੰਡਾਂ ਦੇ ਵਿੱਚ ਇਹੋ ਜਿਹੀ ਜਾਗਰਤੀ ਹਰ ਰੋਜ਼ ਹੀ ਹੋਣੀ ਚਾਹੀਦੀ ਕੋਈ ਨਾ ਕਿਸੇ ਨਾ ਕਿਸੇ ਮਸਲੇ 'ਤੇ ਬੱਚਿਆਂ ਨੂੰ ਜਿਹੜੀਆਂ ਸਾਡੀਆਂ ਬੀਬੀਆਂ ਉਹਨਾਂ ਨੂੰ ਇਕੱਠੀਆਂ ਹੋ ਕੇ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਸਾਡੇ ਦੇਸ਼ ਦਾ ਜਿਹੜਾ ਫਿਊਚਰ ਆਉਣ ਵਾਲਾ ਬਹੁਤ ਵਧੀਆ ਹੋਵੇ ਔਰ ਸਾਡਾ ਜਿਹੜਾ ਇੰਡੀਆ ਸਾਡਾ ਪੰਜਾਬ ਹੈ ਸਾਡਾ ਵਿਰਸਾ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਸ਼ਹੂਰ ਹੋਈਏ ਤਾਂ ਕਿ ਸਾਨੂੰ ਦੁਨੀਆਂ ਨੂੰ ਹਰੇਕ ਨੂੰ ਪਤਾ ਲੱਗੇ ਅਤੇ ਅਸੀਂ ਅਮੀਰ ਹੋ ਜਾਈਏ ਸਾਡਾ ਵੀਰ ਵਿਰਸਾ ਜਿਹੜਾ ਸਾਨੂੰ ਵਾਪਸ ਫਿਰ ਮਿਲ ਜਾਵੇ ਹਾਂਜੀ ਬੱਚਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬੇਟਾ ਗੁਰਨਾਮ ਮਨਪ੍ਰੀਤ ਕੌਰ ਤੁਹਾਡਾ ਕੀ ਨਾਮ ਹੈ ਤਕਦੀਰ ਕੌਰ ਅੱਜ ਜਿਹੜੀਆਂ ਇੱਥੇ ਤੀਆਂ ਮਨਾਈਆਂ ਗਈਆਂ ਕਿਵੇਂ ਲੱਗੀਆਂ ਤੁਹਾਨੂੰ ਬਹੁਤ ਵਧੀਆ ਲੱਗੀਆਂ ਵਧੀਆ ਲੱਗੀਆਂ ਇਹ ਤੁਹਾਡੇ ਮੱਥੇ ਦੇ ਉੱਤੇ ਕੀ ਲਗਾਇਆ ਹੋਇਆ ਟਿੱਕਾ ਟਿੱਕਾ ਗਲ ਦੇ ਵਿੱਚ ਕੀ ਹੈ ਨੈਕਲੈਸ ਨੈਕਲੈਸ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਹਾਰ ਹਾਰ ਠੀਕ ਹੈ ਇੱਕ ਸੱਗੀ ਫੁੱਲ ਹੁੰਦਾ ਕਦੇ ਦੇਖਿਆ ਤੁਸੀਂ ਹਾਂਜੀ ਮੈਂ ਪਿਛਲੀ ਵਾਰੀ ਪਾ ਕੇ ਆਏ ਸੀ ਕਿਵੇਂ ਲੱਗਦਾ ਹੁੰਦਾ ਉਹ ਕਿੱਥੇ ਲੱਗਦਾ ਹੁੰਦਾ ਉਹ ਸਿਰ ਪਰ ਲੱਗਦਾ ਸਿਰ ਪਰ ਲੱਗਦਾ ਹੁੰਦਾ ਓਕੇ ਸੋ ਫੁਲਕਾਰੀਆਂ ਦੇਖੀਆਂ ਤੁਸੀਂ ਹਾਂਜੀ ਅੱਛਾ ਜੀ ਉਹ ਚੁੰਨੀ ਤੇ ਫੁਲਕਾਰੀ ਦੇ ਵਿੱਚ ਕੀ ਫਰਕ ਹੁੰਦਾ ਫੁਲਕਾਰੀ ਗੱਦੀ ਵੀ ਹੁੰਦੀ ਹੈ ਤੇ ਚੁੰਨੀ ਸਿੰਪਲ ਹੁੰਦੀ ਹੈ ਵੈਰੀ ਗੁੱਡ
ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਆਪਣਾ ਸ਼ੁਭ ਨਾਮ ਕੀ ਹੈ ਜੀ? ਸਰਦਾਰ ਬਹਾਦਰ ਸਿੰਘ ਜੀ ਜੀ, ਪਿੰਡ ਸਿਆਸਤਪੁਰ ਜੀ। ਸੋ ਅੱਜ ਪਿੰਡ ਸਿਆਸਤਪੁਰ ਦੇ ਵਿੱਚ ਤੀਆਂ ਮਨਾਈਆਂ ਗਈਆਂ ਅਤੇ ਤੁਹਾਡੇ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਆਪਾਂ ਬੇਟੀਆਂ ਕਹਿ ਦਿੰਦੇ ਹਾਂ ਧੀਆਂ, ਸੋ ਇਹ ਜਿਹੜਾ ਤੀਆਂ ਦਾ ਤਿਉਹਾਰ ਹੈ, ਇੱਕ ਧੀਆਂ ਦਾ ਹੀ ਤਿਉਹਾਰ ਹੈ। ਸੋ ਕੀ ਕਹਿਣਾ, ਅੱਜ ਬੜੀ ਧੂਮਧਾਮ ਦੇ ਨਾਲ ਇਹਨਾਂ ਨੇ ਬੱਚੀਆਂ ਨੇ ਅੱਜ ਤਿਉਹਾਰ ਮਨਾਇਆ। ਦੇਖੋ ਜੀ, ਅੱਜ ਪਿੰਡ ਸਿਆਸਤਪੁਰ ਵਿੱਚ ਸਾਰੇ ਪਿੰਡ ਨਾਲ ਰਲ ਕੇ, ਪਿੰਡ ਦੀਆਂ ਕੁੜੀਆਂ ਨੇ, ਮਾਵਾਂ ਨੇ, ਭਰਜਾਈਆਂ ਨੇ ਅਤੇ ਵੀਰਾਂ ਨੇ ਰਲ ਕੇ ਇਹ ਪ੍ਰੋਗਰਾਮ ਬਣਾਇਆ। ਬਹੁਤ ਅੱਛਾ ਹੈ, ਖੁਸ਼ੀ ਲੱਗੀ। ਪਿਛਲੇ ਸਾਲ ਵੀ ਬਣਾਇਆ ਸੀ, ਇਸ ਸਾਲ ਵੀ ਉਪਰਾਲਾ ਕਰਕੇ ਇਹਨਾਂ ਸਾਰਿਆਂ ਨੇ ਬੜੀ ਖੁਸ਼ੀ ਨਾਲ ਇਹ ਤਿਉਹਾਰ ਮਨਾਇਆ ਹੈ ਅਤੇ ਅੱਗੇ ਨੂੰ ਵੀ ਮਨਾਉਂਦੇ ਰਹਿਣਗੇ। ਅਤੇ ਇਹਨਾਂ ਨੇ ਪੁਰਾਣੀ ਰਵਾਇਤ ਨੂੰ ਕਾਇਮ ਰੱਖਿਆ, ਜੋ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਨਹੀਂ ਸੀ ਇਹ ਪੀਂਘਾਂ ਦਾ ਜਾਂ ਚੱਕੀਆਂ ਦਾ ਜਰਖਿਆਂ ਦਾ, ਉਹ ਇਹਨਾਂ ਨੇ ਇੱਥੇ ਸਾਹਮਣੇ ਲਿਆ ਕੇ ਨਵੀਂ ਪੀੜ੍ਹੀ ਨੂੰ ਦੱਸਿਆ ਵੀ ਇਹ ਵੀ ਰਵਾਇਤਾਂ ਹੁੰਦੀਆਂ ਸਨ, ਇੱਦਾਂ ਵੀ ਲੋਕਾਂ ਦਾ ਭਾਈਚਾਰਾ ਬਣਦਾ ਸੀ, ਇੱਦਾਂ ਹੀ ਪ੍ਰੇਮ ਨਾਲ ਧੀਆਂ ਭੈਣਾਂ ਆ ਕੇ ਮਿਲਦੀਆਂ ਸੀ ਅਤੇ ਖੁਸ਼ੀਆਂ ਮਨਾਉਂਦੇ ਸੀ ਜੀ। ਬਾਕੀ ਸਾਉਣ ਦਾ ਮਹੀਨਾ ਹੈ, ਚਲੋ ਅੱਜ ਕੱਲ੍ਹ ਕਲਾਈਮੇਟ ਕੁਛ ਹੋਰ ਹੈ, ਪਰ ਪਿਛਲੇ ਜ਼ਮਾਨੇ ਵਿੱਚ ਬੜਾ ਉਤਸ਼ਾਹ ਹੁੰਦਾ ਸੀ, ਜਾਂ ਮੀਂਹ ਪੈਂਦੇ ਸੀ, ਬੱਦਲ ਕਰਦੇ ਸੀ ਅਤੇ ਪੀਂਘਾਂ ਚੜ੍ਹਦੀਆਂ ਸੀ ਅਤੇ ਧੀਆਂ ਭੈਣਾਂ ਨੱਚਦੀਆਂ, ਧੀਆਂ ਖੁਸ਼ੀਆਂ ਮਨਾਉਂਦੀਆਂ ਸਨ। ਅੱਜ ਸਾਡੇ ਪਿੰਡ ਮਨਾਇਆ ਗਿਆ, ਬੜੀ ਖੁਸ਼ੀ ਦੀ ਗੱਲ ਹੈ ਵੀ ਬਹੁਤ ਸੋਹਣਾ ਲੱਗਿਆ ਸਾਨੂੰ, ਬੜੀ ਖੁਸ਼ੀ ਹੋਈ। ਅੱਗੇ ਨੂੰ ਵੀ ਅਸੀਂ ਮਨਾਵਾਂਗੇ, ਔਰ ਤੁਹਾਡੇ ਇੱਥੇ ਮਹਾਨ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਕਵਰੇਜ ਕੀਤੀ ਹੈ, ਅਤੇ ਅੱਗੇ ਨੂੰ ਵੀ ਤੁਹਾਡਾ ਅਸੀਂ ਬਹੁਤ ਧਿਆਨ ਰੱਖਾਂਗੇ, ਤੁਸੀਂ ਸਾਡਾ ਧਿਆਨ ਰੱਖੋ। ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ, ਔਰ ਸਾਰਿਆਂ ਨੂੰ ਕਹਿਣਾ ਵੀ ਇਹ ਜਿਹੇ ਤਿਉਹਾਰ ਮਨਾਓ ਅਤੇ ਲੋਕਾਂ 'ਚ ਪ੍ਰੇਮ ਭਾਈਚਾਰਾ ਬਣਾਓ। ਧੰਨਵਾਦ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।